ਬਾਕੀ ਜੋ ਮਰਜ਼ੀ ਹੁੰਦਾ ਹੋ ਜਵੇ ਵੀਰੇ, ਪਰ ਗਾਲ ਨਹੀਂ ਕੱਢਣੀ। ਜਲੰਧਰ ਸੈਂਟਰਲ ਦੇ MLA ਰਮਨ ਅਰੋੜਾ ਜਲੰਧਰ ਦੇ DCP ਨਰੇਸ਼ ਡੋਗਰਾ ਨਾਲ ਫੋਨ ਤੇ ਗੱਲ ਕਰ ਰਹੇ ਸੀ, ਜਾਂ ਫਿਰ ਦੂਸਰੀ ਭਾਸ਼ਾ 'ਚ ਕਹੀਏ ਫੋਨ ਦੇ ਉੱਤੇ ਹਦਾਇਤਾਂ ਜਾਰੀ ਕਰ ਰਹੇ ਸੀ, ਜਾਂ ਫਿਰ ਇਸ ਤੋਂ ਵੀ ਤਿੱਖੀ ਭਾਸ਼ਾ 'ਚ ਕਹੀਏ ਫੋਨ ਤੇ DCP ਸਾਹਿਬ ਨੂੰ ਦਬਕੇ ਮਾਰ ਰਹੇ ਸੀ ਤੇ DCP ਸਾਹਿਬ ਵੀ MLA ਸਾਹਿਬ ਦਾ ਸਟਿੰਗ ਕਰ ਰਹੇ ਸੀ। ਮੈਂ ਕਿਹਾ ਸਭ ਕੁਝ ਠੀਕ ਹੈ, ਪਰ ਇਹ ਕੀ ਮੈਂ ਮੇਰਾ ਭਾਂਜਾ ਆ, ਉਹ ਮੇਰਾ ਭਾਂਜਾ ਮਹਾਰਾਜ, ਹੁੰਦਾ ਨਹੀਂ ਮੇਰਾ ਸ਼ੁਰੂ ਤੋਂ ਸਰ ਨਾ। DCP ਸਾਹਿਬ ਦੇ ਫੋਨ ਕੱਟਦੇ ਇੱਕ ਆਵਾਜ਼ ਆਈ, ਇਹ ਆਵਾਜ਼ ਭਾਵੇਂ ਹੌਲੀ ਆਈ ਪਰ ਜਿਹੜਾ ਵੀ ਪੰਜਾਬੀ ਹੈ ਉਹ ਇਸ ਆਵਾਜ਼ ਨੂੰ ਸਮਝ ਲੈਂਦਾ ਹੈ ਕਿ ਇਹ ਤਾਂ ਗਾਲ ਕੱਢ ਦਿੱਤੀ, ਪਰ ਇਹ ਗਾਲ ਕਿਸ ਨੇ ਕਿਸ ਨੂੰ ਕੱਢੀ? ਇਸ ਗੱਲ ਦੀ ਤਸਦੀਕ ਤਾਂ ਦਾਨਿਕਪੁਰ ਪੰਜਾਬੀ TV ਨਹੀਂ ਕਰਦਾ, ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਇਹ ਪੂਰਾ ਮਸਲਾ ਭਾਵੇਂ ਨਿਬੜ ਗਿਆ ਹੈ, ਪਰ ਇਸ ਮਸਲੇ 'ਚ ਸੋਸ਼ਲ ਮੀਡੀਆ 'ਤੇ ਜੋ ਕੁਝ ਵੀ ਵਾਇਰਲ ਹੋਇਆ ਉਸ ਦੇ ਨਾਲ ਦੋਨਾਂ ਪੱਖਾਂ ਦੀ ਛਵੀ ਨੂੰ ਕਿਤੇ ਨਾ ਕਿਤੇ ਤਾਂ ਫਰਕ ਪਿਆ ਹੈ। ਇਹੀ ਨਹੀਂ, ਇਸ ਮਸਲੇ ਨੇ ਇੱਕ ਹੋਰ ਉਦਾਹਰਣ ਪੇਸ਼ ਕਰ ਦਿੱਤੀ ਹੈ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਪੁਲਿਸ ਹਮੇਸ਼ਾ ਪੁਲਿਸ ਦੀ ਸਗੀ ਹੁੰਦੀ ਹੈ, ਪਰ ਇਸ ਘਟਨਾ ਨੇ ਇਹ ਸਾਬਤ ਵੀ ਕਰ ਦਿੱਤਾ, ਕਿਉਂਕਿ ਜਿਵੇਂ DCP ਜਲੰਧਰ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ, ਉਹ ਸਟੇਟਮੈਂਟ 'ਚ ਉਹਨਾਂ ਨੇ ਸਾਫ਼ ਕਹਿਤਾ ਸੀ ਕਿ 307 ਤੇ SC ST ਐਕਟ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰ ਹਕੀਕਤ ਕੁਝ ਹੋਰ ਸੀ, ਮੁਕੱਦਮਾ ਦਰਜ ਹੀ ਨਹੀਂ ਸੀ ਹੋਇਆ। ਤਾਰਾ ਕਿਹੜੀ ਕਿਹੜੀ ਲੱਗੀ ਸਰ? ਇਹਨਾਂ ਦੇ ਬਿਆਨ ਮੁਤਾਬਿਕ 307 ਤੇ SC ST ਐਕਟ ਜੀ ਤੇ ਤੁਸੀਂ ਸੁਣਿਆ DCP ਤੇਜਾ ਕੀ ਕਹਿ ਗਏ ਕਿ ਮੁਕੱਦਮਾ ਦਰਜ ਕਰ ਲਿਆ 307 ਤੇ SC ST ਐਕਟ ਦਾ। ਇਸੇ ਆਧਾਰ ਦੇ ਉੱਤੇ MLA ਸਾਹਿਬ ਨੇ ਵੀ ਸਟੇਟਮੈਂਟ ਜਾਰੀ ਕਰ ਦਿੱਤੀ। ਉਹਨਾਂ ਨੇ ਕਾਰਵਾਈ ਹੋ ਗਈ ਕੀ ਹੁਣ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕਰ ਲਿਆ ਜੀ? ਬਿਲਕੁਲ ਬਿਲਕੁਲ, ਪਰਚਾ ਦਰਜ ਹੋ ਗਿਆ। ਕਾਹਦਾ ਕੀਤਾ ਜੀ? ਇਹ ਮੈਨੂੰ ਨਹੀਂ ਪਤਾ, ਇਹ ਆਫੀਸਰ ਦਾ। ਤੁਸੀਂ ਸੁਣਿਆ MLA ਰਮਨ ਅਰੋੜਾ ਸ਼ਾਇਦ ਇਹ ਸਮਝ ਗਏ ਸੀ ਕਿ ਪੁਲਿਸ ਦੀ ਸਗੀ ਹੁੰਦੀ ਹੈ, ਕਦੀ ਵੀ ਗੇਮ ਯੂ ਟਰਨ ਲੈ ਸਕਦੀ ਹੈ। ਇਹੀ ਵਜ੍ਹਾ ਰਹੀ ਕਿ ਉਹਨਾਂ ਨੇ ਪਹਿਲੇ ਸਟੇਟਮੈਂਟ 'ਚ ਇਹ ਕਿਹਾ ਕਿ ਕਿਹੜੀ ਧਾਰਾ ਲੱਗੀ ਹੈ ਇਹ ਪੁਲਿਸ ਕੋਲੋਂ ਪੁੱਛੋ। ਖੈਰ, ਇਸ ਮਸਲੇ ਦੇ ਵਿੱਚ ਕੀ ਕੁਝ ਹੋਇਆ, ਕੌਣ ਸਹੀ ਸੀ ਕੌਣ ਗਲਤ, ਕਿਸ ਦੇ ਨਾਲ ਮਾਰ ਕੁਟਾਈ ਹੋਈ ਕਿਸ ਦੇ ਨਾਲ ਨਹੀਂ, ਇਹ ਤਾਂ ਪੜਤਾਲ ਦਾ ਵਿਸ਼ਾ ਸੀ, ਪਰ ਜੋ ਵੀਡੀਓ ਵਾਇਰਲ ਕੀਤੀਆਂ ਗਈਆਂ ਉਹ ਸਿਰਫ ਇੱਕ ਪੱਖ ਦਿਖਾਉਂਦੀਆਂ ਸੀ, ਯਾਨੀ ਕਿ ਜਦੋਂ DCP ਨਰੇਸ਼ ਡੋਗਰਾ ਦੇ ਨਾਲ ਭੜਕੇ ਲੋਕ ਬਦਸਲੂਕੀ ਕਰ ਰਹੇ ਸਨ ਉਹ ਤਸਵੀਰਾਂ ਤਾਂ ਵਾਇਰਲ ਹੋ ਗਈਆਂ, ਪਰ ਜਦੋਂ MLA ਸਾਹਿਬ ਜਾਂ ਉਹਨਾਂ ਦੇ ਸਮਰਥਕਾਂ ਨਾਲ ਕੁਝ ਹੋਇਆ ਉਸ ਦੀ ਕੋਈ ਫੁਟੇਜ ਸਾਹਮਣੇ ਨਹੀਂ ਆਈ, ਕਿਉਂਕਿ ਇਹ ਸਭ ਕੁਝ ਇੱਕ ਪ੍ਰਾਈਵੇਟ ਆਫਿਸ ਦੇ ਵਿੱਚ ਹੋਇਆ ਸੀ। ਪਰ ਆਖਿਰਕਾਰ ਇਸ ਦਾ ਨਤੀਜਾ ਇਹ ਨਿਕਲਿਆ ਕਿ ਇਸ ਮਸਲੇ ਦੇ ਵਿੱਚ ਦੋਵਾਂ ਪੱਖਾਂ ਨੂੰ ਸਮਝੌਤਾ ਕਰਨਾ ਪੈ ਗਿਆ। ਇਹ ਮਸਲਾ ਤਾਂ ਨਿਪਟ ਗਿਆ, ਪਰ ਇਸ ਮਸਲੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਹੋਈਆਂ ਖੇਡਾਂ ਨੇ ਕਈਆਂ 'ਤੇ ਸਵਾਲ ਚੱਕ ਦਿੱਤੇ, ਦੋਨਾਂ ਪੱਖਾਂ ਦੇ ਉੱਤੇ ਸਵਾਲ ਖੜ੍ਹੇ ਹੋ ਗਏ ਕੌਣ ਸਹੀ ਕੌਣ ਗਲਤ, ਪਰ ਬਦਨਾਮੀ ਤਾਂ ਦੋਨਾਂ ਧਿਰਾਂ ਦੀ ਹੋਈ, ਕਿਉਂਕਿ ਇਸ ਮਾਮਲੇ 'ਚ ਸਮਝੌਤਾ ਹੋ ਚੁੱਕਿਆ, ਇਸ ਦੀ ਇਸ ਮਾਮਲੇ 'ਚ ਜਾਂਚ ਹੁਣ ਸ਼ਾਇਦ ਹੀ ਹੋਵੇ, ਕਿਉਂਕਿ ਸਹੀ ਖੁਲਾਸਾ ਤਾਂ ਜਾਂਚ ਤੋਂ ਬਾਅਦ ਹੋਣਾ ਸੀ ਕਿ ਕੌਣ ਸਹੀ ਸੀ ਕੌਣ ਗਲਤ, ਕੇਸ ਦੀ ਜਾਇਜ਼ ਬਦਨਾਮੀ ਹੋਈ ਕੇਸ ਦੀ ਨਜਾਇਜ਼। ਬਿਊਰੋ ਰਿਪੋਰਟ, ਦੈਨਿਕ ਪੰਜਾਬੀ TV।